ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਪੰਜਾਬੀ ਰੀਡਰ 3A ਵੀ ਆਰ ਗੋਇੰਗ ਟੂ ਡੂ ਲੈਸਨ ਨੰਬਰ 2 ਟੂਡੇ ਓਕੇ ਸੋ ਲਾਸਟ ਟਾਈਮ ਅਸੀਂ ਗ੍ਰੀਟਿੰਗ ਕਿਤੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤ ਸ੍ਰੀ ਅਕਾਲ ਬੋਲਣਾ ਸਿੱਖਿਆ ਸੀ ਅੱਜ ਅਸੀਂ ਇੰਟਰੋਡਕਸ਼ਨ ਪਾਰਟ 2 ਸਿੱਖਾਂਗੇ ਤੇ ਪੰਜਾਬੀ ਦਾ ਲੈਸਨ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਥੋੜੀ ਗ੍ਰਾਮਰ ਦੱਸਣਾ ਚਾਹਦੀ ਸੀ ਗ੍ਰਾਮਰ ਪੁਆਇੰਟ 1 ਪੰਜਾਬੀ ਦੇ ਵਿੱਚ ਕੋਈ ਅੱਪਰ ਕੇਸ ਲੈਟਰ ਨਹੀਂ ਹੁੰਦੇ ਕੋਈ ਲੋਅਰ ਕੇਸ ਲੈਟਰ ਨਹੀਂ ਹੁੰਦੇ ਸਾਰੇ ਲੈਟਰ ਸੇਮ ਹੁੰਦੇ ਨੇ ਗ੍ਰਾਮਰ ਪੁਆਇੰਟ 2 ਵਾਕ ਦੇ ਐਂਡ ਤੇ ਸੈਂਟੈਂਸ ਦੇ ਐਂਡ ਤੇ ਜਿਵੇਂ ਅਸੀਂ ਇੰਗਲਿਸ਼ ਵਿੱਚ ਇੱਕ ਪੀਰੀਅਡ ਪਾਉਂਦੇ ਆ ਤਾਂ ਅਸੀਂ ਪੰਜਾਬੀ ਦੇ ਵਿੱਚ ਇੱਕ ਡੰਡੀ ਪਾਉਂਦੇ ਆ ਇਹ ਵਾਲੀ ਠੀਕ ਹੈ ਇਹਨੂੰ ਪੀਰੀਅਡ ਕਹਿੰਦੇ ਆ ਠੀਕ ਹੈ ਕੋਮਾ ਤੇ ਕੁਐਸਚਨ ਮਾਰਕ ਸੇਮ ਹੁੰਦੇ ਨੇ ਸੀ ਕੁਐਸਚਨ ਮਾਰਕ ਸੇਮ ਕਾਮਾ will be same just like in english ਤੇ ਤੁਸੀਂ ਪਿਛਲੇ ਵਾਰੀ ਅਮ ਇੰਟਰੋਡਕਸ਼ਨ ਇੱਕ ਦੂਸਰੇ ਨਾਲ ਕੀਤੀ ਸੀ ਫਤਿਹ ਬਲਾਈ ਸੀ ਤੇ ਹੁਣ ਅਸੀਂ ਇੱਕ ਦੂਸਰੇ ਨੂੰ ਹਾਲਚਲ ਪੁੱਛਾਂਗੇ ਇੱਕ ਦੂਸਰੇ ਨੂੰ ਆਪਣੇ ਬਾਰੇ ਵਿੱਚ ਦੱਸਾਂਗੇ ਠੀਕ ਹੈ ਤਾਂ ਐ ਸਟੂਡੈਂਟ ਨੰਬਰ 1 ਹੈ ਸਟੂਡੈਂਟ ਨੰਬਰ 2 ਹੈ ਤਾਂ ਅਸੀਂ ਟਰਨਸ ਲਵਾਵਾਂਗੇ ਇਸ ਤਰ੍ਹਾਂ ਕਰਕੇ ਠੀਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਵਾਂਗੀ ਫਿਰ ਤੁਸੀਂ ਇੱਕ ਦੂਸਰੇ ਦੇ ਨਾਲ ਇਹ ਗੱਲਬਾਤ ਕਰੋਗੇ ਆਪਣੀ ਕਲਾਸ ਦੇ ਵਿੱਚ ਠੀਕ ਹੈ ਅਸੀਂ ਕਹਿ ਸਕਦੇ ਹਾਂ ਹੈਲੋ ਜੀ ਜਾਂ ਅਸੀਂ ਕਹਿ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਠੀਕ ਹੈ ਤਾਂ ਤੁਹਾਡੇ ਫਰੈਂਡ ਵੀ ਕਹਿਣਗੇ ਹੈਲੋ ਜੀ ਜਾਂ ਕਹਿਣਗੇ ਸਤਿ ਸ੍ਰੀ ਅਕਾਲ ਜੀ ਤੇ ਫਤਿਹ ਬੁਲਾ ਕੇ ਹੈਲੋ ਬੁਲਾ ਕੇ ਸਤਿ ਸ੍ਰੀ ਅਕਾਲ ਬੁਲਾ ਕੇ फिर अं पुछते हाल चाल तु जवाब दोगे बस ठीक है तेरा की हाल है तो ते तो तो फ्रेंड कहे मैं भी ठीक तो की है मेरा पुष्पिंदर कौर है तो मनपसंद जानवर केड़ा है ਤੁਹਾਨੂੰ ਐ ਵੀ ਦੱਸ ਸਕਤੀਆਂ ਮੈਂ 10 ਸਾਲ ਦੀ ਹਾਂ ਮੇਰਾ ਮਨਪਸੰਦ ਜਾਨਵਰ ਬਾਂਦਰ ਹੈ ਤੁਹਾਡਾ ਮਨਪਸੰਦ ਰੰਗ ਕਿਹੜਾ ਹੈ ਮੇਰਾ ਮਨਪਸੰਦ ਰੰਗ ਸੰਤਰੀ ਹੈ ਚਲੋ ਵਦਿਆ ਮਿਲ ਕੇ ਖੁਸ਼ੀ ਹੋਈ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਹਾਨੂੰ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਠੀਕ ਹੈ ਸੋ ਤੁਸੀਂ ਇਹ ਸਾਰੇ ਸ਼ਬਦ ਪੜੋਗੇ ਪ੍ਰੈਕਟਿਸ ਕਰੋਗੇ ਫਿਰ ਤੁਸੀਂ ਇੱਕ ਫਰੈਂਡ ਨਾਲ ਸ਼ੇਅਰ ਕਰੋਗੇ ਸੈਕਿੰਡ ਪਾਰਟ ਲੈਸਨ ਦਾ ਹੈਗਾ ਅੱਜ ਕਿ ਅਸੀਂ ਮੁਹਾਰਨੀ ਦੀ ਰਿਵੀਜ਼ਨ ਕਰਨੀ ਹੈ ਤੁਸੀਂ ਪਿਛਲੇ ਸਾਲ ਕੰਨਾ ਸਿਹਾਰੇ ਬਿਹਾਰੇ ਸਾਰੀਆਂ ਮਾਤਰਾ ਸਿੱਖੀਆਂ ਸੀ ਤੇ ਹੋ ਸਕਦਾ ਤੁਹਾਨੂੰ ਗਰਮੀਆਂ ਵਿੱਚ ਭੁੱਲ ਗਿਆ ਹੋਵੇ ਸਾਂ ਅਸੀਂ ਅੱਜ ਪ੍ਰੈਕਟਿਸ ਕਰਾਂਗੇ ਠੀਕ ਹੈ ਇੱਕ ਇਹ ਵੀ ਗੱਲ ਨੋਟ ਕਰਨੀ ਹੈ ਕਿ ਕਈ ਅੱਖਰ ਨੇ ਉਹਨਾਂ ਦੇ ਪੈਰ ਚ ਬਿੰਦੀ ਹੈਗੀ ਹੈ ਠੀਕ ਹੈ ਸੋ ਅਸੀਂ ਉਹਨਾਂ ਨੂੰ ਠੀਕ ਤਰ੍ਹਾਂ ਪ੍ਰੋਨਾਂਊਂਸ ਕਰਾਂਗੇ ਕਈ ਅੱਖਰ ਅਸੀਂ ਆਮ ਯੂਜ਼ ਨਹੀਂ ਕਰਦੇ ਪਰ ਉਹਨਾਂ ਨੂੰ ਅਸੀਂ ਫਿਰ ਵੀ ਸਿੱਖਾਂਗੇ ਠੀਕ ਹੈ ਇਹ ਬਾਣੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਉਹਦੇ ਵਿੱਚ ਇਹ ਅੱਖਰ ਆਂਦੇ ਨੇ ਕੰਨਾ ਮਹਾਰਨੀ ਅਸੀਂ ਮਹਾਰਨੀ ਬੋਲਾਂਗੇ ਤੇ ਇਹਦੇ ਨਾਲ ਸਾਨੂੰ ਅੱਖਰਾਂ ਦੀ ਵੀ ਪ੍ਰੈਕਟਿਸ ਹੋ ਜਾਏਗੀ ਤੇ ਸਾਨੂੰ ਮਾਤਰਾ ਵਿਆਜਣਗੀਆਂ ਇਸ ਤਰ੍ਹਾਂ ਬੋਲਾਂਗੇ ਐੜੇ ਕੰਨਾ ਆ ਸਸੇ ਕੰਨਾ ਸਾ ਤੇ ਨੋਟ ਕਰੋਗੇ ਕਿ ਦੋ ਅੱਖਰ ਉਹਨਾਂ ਨੂੰ ਕੰਨਾ ਨਹੀਂ ਲੱਗਦਾ ਓਕੇ ਆਪਾਂ ਨੋਟ ਦੱਸਾਂਗੇ ਫਿਰ ਕਿਹੜੇ ਅੱਖਰਾਂ ਨੂੰ ਕੰਨਾ ਨਹੀਂ ਲੱਗਦਾ ਠੀਕ ਹੈ ਐੜੇ ਕੰਨਾ ਆ ਮੇਰੇ ਪਿੱਛੇ ਬੋਲੋ ਸਸੇ ਕੰਨਾ ਸਾ ਹਾ ਹੇ ਕੰਨਾ ਹਾ ਕੱਕੇ ਕੰਨਾ ਕਾ ਖੱਕੇ ਕੰਨਾ ਖਾ

ਣਾਣੀ ਕੰਨਾਣਾ ਤੱਤੇ ਕੰਨਾਤਾ ਥੱਤੇ ਕੰਨਾਤਾ ਦੱਦੇ ਕੰਨਾਦਾ ਤੱਦੇ ਕੰਨਾਤਾ ਨੰਨੇ ਕੰਨਾ ਨਾ ਪੱਪੇ ਕੰਨਾ ਪਾ ਫੱਫੇ ਕੰਨਾ ਪਾ ਬੱਬੇ ਕੰਨਾ ਬਾ ਪੱਬੇ ਕੰਨਾ ਪਾ ਮੰਮੇ ਕੰਨਾ ਮਾ jaye kannaya ra la, va, ra kanna ra la vavve kanna va rada kanna ra shshe kanna sha kh kh kanna kha gh gh ra z za ph fa lalle kanna ra hey so this was ਲिटल ਫਾਸਟ ਫਿਰ ਤੁਸੀਂ ਥੋੜੀ देर ਆਹ ਲੈਸਨ ਖਤਮ ਕਰਾਂਗੇ ਫਿਰ ਤੁਸੀਂ ਇਹ ਵਾਲੀ ਮਹਾਰਨੀ ਦੁਬਾਰਾ ਬੋਲੋਗੇ ਕਿਹੜੇ ਦੋ ਅੱਖਰਾਂ ਨੂੰ ਕੰਨਾ ਨਹੀਂ ਲੱਗਿਆ ਊੜਾ ਤੇ ਈੜੀ ਰਾਈਟ ਐਤੇ ਤੁਸੀਂ ਲਿਖੋਗੇ ਊੜਾ ਈੜੀ ਤੇ ਇਹ ਮਹਾਰਨੀ ਤੁਸੀਂ ਆਪਣੀ ਕਾਪੀ ਵਿੱਚ ਨੋਟ ਕਰੋਗੇ ਹੋਮਵਰਕ ਵਾਸਤੇ ਠੀਕ ਹੈ ਕਿੰਨੇ ਕੰਨਾ ਸਿਲੇਬਲਸ ਨੇ ਇੱਕ ਅੱਖਰ ਦੇ ਨਾਲ ਕੰਨਾ ਲੱਗਿਆ ਤੇ ਉਹ ਵਰਡ ਬਣ ਜਾਂਦੇ ਆ for example a, a a means come na ja you can say just ja or you can also put ja right so ja means go ka you can also say ka or ka we can put ha, ha here too but you don't have to this also you don't have to but both ways okay ka means eat da da means belongs to ਇਕ ਕਿਸ ਦਾ ਕੰਪਿਊਟਰ ਹੈ ਨੰਨੇ ਕਨਨਾ ਨਾ ਮੀਨਸ ਨੂੰ ਪਾ ਮੀਨਸ ویئر ਜੁੱਤੀਆਂ ਪਾ ਜੁਰਾਬਾਂ ਪਾ ਕੱਪੜੇ ਪਾ ਲੱਲਕਨ ਲਾ ਪੁਟ ਆਨ অর ਅਪਲਾਈ ਲੋਸ਼ਨ ਲਾ ਹੱਥਾਂ ਨੂੰ ਸਾਬਨ ਲਾ ਰਾਈਟ ਇਹ ਸਾਰੇ ਸ਼ਬਦਾਂ ਦੇ ਨਾਲ ਤੇ ਕੁਝ ਹੋਰ ਸ਼ਬਦਾਂ ਦੇ ਨਾਲ ਅਸੀਂ ਵਾਕ ਪੜ੍ਹਨੇ ਸਿੱਖਾਂਗੇ ਠੀਕ ਹੈ ਸੋ ਇਹਦੇ ਵਿੱਚ ਲਿਖਿਆ ਹੈ ਜਾ ਆਪਣਾ ਕੰਮ ਕਰ ਤੁਸੀਂ ਇਹ ਬਿਨਾ ਹਾਹੇ ਦੇ ਵੀ ਬੋਲ ਸਕਦੇ ਜਾ ਆਪਣਾ ਕੰਮ ਕਰ ਗੁੱਡ ਯਰ ਵਰਕ ਚੱਲ ਕਰ ਆ ਜਾ ਕਮਰ ਕਮ ਹੋ ਕਮਰਾ ਬੰਦ ਨਾ ਕਰ ਡੋਨਟ ਕਲੋਸ ਦ ਰੂਮ ਦਰਵਾజా ਬੰਦ ਕਰ ਕਲੋਸ ਦ ਡੋਰ ਆ ਅਖਬਾਰ ਪੜ ਕਮ ਰੀਡ ਦ ਨਿਊਜ਼ਪੇਪਰ ਆ Lal tomato ka. Come eat red tomato. Tomato can be one tomato or tomatoes. A anar ka. Come eat pomegranate. Gajar das lad ka. Eat carrot salad. Scarf gal pa. You can say gal or gal. Wear the scarf in your neck. Gal means neck. दाल नाल नान खा ईट दाल आ अरदास कर प्रशाद प्रसाद फटाफट वापस आ जा क्विकली कम बैक झट आ अपना कमरा साफ कर कम क्विकली क्लीन योर रूम काका तंग ना कर चाइल्ड टूट पादर So these are easy sentences. You can read them little bit uh, later by yourself. And then you will also have homework. So these are some kanna words. You are going to sort them. This is called Meri Kanna Shabad Chant, word sort. And these are the directions in boxes, and you will read these directions and you will sort these words. So Let's read these words ka na ja a lal aja anar gajar kagas basta kagas is paper basta is bag backpack saban soap kamra rasta means path oh kagas the bara agya march prashad doctor Talwar, Talwar is sword, Sardar, Akhbar, Ardas, Salwar, Dastar, Darwaza, or Darwaza, Tomato. So look, there's one-letter words, two-letter words, three-letter words, four-letter words, take it? So Kagas is twice, you can only write it once. So that's your Monday homework. Tuesday, copy each word from this page. three times in your notebook every saare shabd three times note karoge ed din tonnu likhan di practice ho jayegi ton spelling di practice ho jayegi reading di practice ho jayegi theek hai wednesday homework budhwar write words and their meanings from page 7 you remember evale shabd se so and and rutu se ਵੈਨਸਡੇ ਕਾਪੀ ਕਰੋਗੇ ਠੀਕ ਹੈ ਰਾਈਟ ਕਰੋਗੇ ਥੈਨ ਥਰਸਡੇ ਕਾਪੀ தி ਸੈਂਟेंसेस ਫ্রম ਪੇਜ 8 ਇਨ ਯੂਰ ਨੋਟਬੁੱਕ ਸੋ ਲਾਸਟ ਪੇਜ ਤੇ ਐਵਰੀ ਸੈਂਟेंसेस ਸੀ ਯੂ ਡੋਟ ਨਾਈਟ ਇੰਗਲਿਸ਼ ਵਨ ਪੰਜਾਬੀ ਵਨ ਇਨ ਆਪਣੀ ਕਾਪੀ ਦੇ ਵਿੱਚ ਨਾਈਸਲੀ ਤੁਸੀਂ ਕਾਪੀ ਕਰੋਗੇ ਠੀਕ ਹੈ ਇਹ ਦਿਨ ਨਾਲ ਤੁਸੀਂ ਰੋਜ਼ ਕੰਮ ਕਰੋਗੇ ਰੋਜ਼ ਪੰਜਾਬੀ ਪੜੋਗੇ ਤਾਂ ਤੁਹਾਡੀ ਪੰਜਾਬੀ ਬੈਟਰ ਹੋ ਜਾਏਗੀ ਠੀਕ ਹੈ ਸੋ ਐਸਾ ਦਾ ਲੈਸਨ ਨੰਬਰ 2 ਸੀ ਤੇ ਆਪਾਂ ਅਗਲੇ ਹਫਤੇ ਫਿਰ ਮਿਲਦੇ ਹਾਂ ਨਵੇਂ ਲੈਸਨ ਦੇ ਨਾਲ ਠੀਕ ਹੈ ਥੈਂਕ ਯੂ ਫॉर ਵਰਕਿੰਗ ਵਿਦ ਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ